ਅੱਜ ਅਸੀਂ ਖੜ੍ਹੇ ਹਾਂ ਰਾਜਪੁਰਾ ਦੇ ਸਕੋਲਰ ਪਬਲਿਕ ਸਕੂਲ ਦੇ ਵਿੱਚ, ਜਿੱਥੇ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਹਨਾਂ ਨੇ ਇੱਕ ਬਹੁਤ ਧਾਰਮਿਕ ਪ੍ਰੋਗਰਾਮ ਰੱਖਿਆ, ਜਿੱਥੇ ਬੱਚਿਆਂ ਨੇ ਸ਼ਬਦ ਗਾਇਨ ਕੀਤੇ। ਉੱਥੇ ਹੀ ਅੱਜ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਹੈ ਕੰਮ ਕਰਨ ਜਾ ਰਹੇ ਹਾਂ ਬੱਚੇ, ਜਿਹੜਾ ਬੜਾ ਸ਼ਲਾਘਾਯੋਗ ਕਦਮ ਹੈ। ਦੁਨੀਆ ਭਰ ਕੀ ਤਾਜ਼ਾ ਅਪਡੇਟਸ ਕੇ ਲਈ ਨਿਊਜ਼ 89 ਚੈਨਲ ਕੋ ਅਭੀ ਸਬਸਕ੍ਰਾਈਬ ਕਰੇ ਔਰ ਕਲਿੱਕ ਕਰੇ ਬੈਲ ਆਈਕਨ ਪਰ। ਧੰਨਵਾਦ। आज यहां के स्कॉलर पब्लिक स्कूल में श्री गुरु नानक देव जी के 550वें प्रकाश पूर्व को समर्पित एक धार्मिक समारोह का आयोजन किया गया। इस समारोह में जहां स्कूली बच्चों द्वारा गुरु के शब्द कीर्तन किए गए, वहीं स्कूली बच्चों द्वारा गुरु नानक देव जी के 550वें प्रकाश पूर्व के मौके पर स्कूल के चारों ओर 550 पौधे भी लगाए गए। इस अवसर पर स्कूल में गुरु का विशाल लंगर भी लगाया गया, जिसे सैकड़ों लोगों ने एक साथ ग्रहण किया। इस अवसर पर न्यूज 89 की टीम ने जहां स्कूली बच्चों से विशेष तौर पर बात की, वहीं इस अवसर पर क्या कहना था स्कूल के चेयरमैन श्री तरसेम जोशी का, आइए सुनते हैं। मैं हाँ संदीप चौधरी, तो तुसी देख रहे हो तुहाडा अपना वैब न्यूज चैनल न्यूज 89। अज असी खड़े हाँ राजपुरा के स्कॉलर पब्लिक स्कूल के, जिथे गुरु नानक देव जी के 550 प्रकाश उत्सव में समर्पित इन्होंने एक बहुत धार्मिक प्रोग्राम रखा, जिथे बच्चों ने शब्द गायन किए। उत्थे ही अज एक अलग तरह की जिहड़ी है कम कर जा रहे हैं बच्चे, जिहड़ा बड़ा शलाघायोग कदम है। ये 550 बूटे जिहड़े हैगे गुरु नानक देव जी नूं समर्पित, ये अपने प्रांगण चलाणगे, सड़क के दोनों पासे लाणगे। पटियाला रोड है, ये 550 बूटे जिहड़े है पूरे स्कूल के लाए जाणगे। साडे नाल मौजूद है स्कूल के बच्चे जिहड़े कि जिन्हां दे हाथी तुसीं देख रहे हो पौधे फड़े हुए हैं, इन्होंने लाने अजे बूटे सारे। तो आप गल करते हैं स्कूल के बच्चों नाल। बेटा ये अज जिहड़े पौधे ला रहे हो ये किस नूं समर्पित है, क्यों लाए जा रहे हैं? ये गुरु नानक देव जी नूं समर्पित है। ये असी 550 साल के प्रकाश उत्सव नूं मनाते हुए असी ये 550 ही बूटे अपने स्कूल के सामने रोड पर लगा रहे हैं। ਤੁਸੀਂ ਕਿਸ ਤਰ੍ਹਾਂ ਅੱਜ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਬਰਥ ਹੈ ਉਹ ਕਿਸ ਤਰ੍ਹਾਂ ਸੈਲੀਬ੍ਰੇਟ ਕੀਤਾ? ਪਹਿਲਾਂ ਤਾਂ ਅਸੀਂ ਇੱਕ ਕੁਇਜ਼ ਕੀਤਾ, ਉਸ ਤੋਂ ਬਾਅਦ ਅਸੀਂ ਇੱਕ ਸ਼ਬਦ ਕੰਪੀਟੀਸ਼ਨ ਕੀਤਾ, ਜਿਸ ਵਿੱਚ ਕਈ ਬੱਚਿਆਂ ਨੇ ਸ਼ਬਦ ਗਾਏ। ਹੁਣ ਅਸੀਂ ਇਹ ਜੋ ਅਸੀਂ ਪੌਦੇ ਆ ਅਸੀਂ ਸਕੂਲ ਦੇ ਸਾਹਮਣੇ ਲਗਾਵਾਂਗੇ। ਜਿਵੇਂ ਕਿ ਤੁਸੀਂ ਦੇਖਿਆ ਕਿ ਬੱਚਿਆਂ 'ਚ ਕਾਫੀ ਉਤਸ਼ਾਹ ਹੈ, ਸਾਡੇ ਨਾਲ ਹੋਰ ਬੱਚੇ ਮੌਜੂਦ ਆ, ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਬੇਟਾ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ, ਕਿਹੜੀ ਕਲਾਸ ਵਿੱਚ ਤੁਸੀਂ ਪੜ੍ਹਦੇ ਹੋ? ਮੈਂ 11th ਵਿੱਚ ਪੜ੍ਹਦੀ ਹਾਂ, 11ਵੀਂ ਜਮਾਤ ਵਿੱਚ ਆਰਟਸ ਦੀ ਸਟੂਡੈਂਟ ਹਾਂ। ਅਤੇ ਇੱਥੇ ਸਾਨੂੰ ਬਹੁਤ ਵਧੀਆ ਲੱਗਿਆ, ਪੂਰਾ ਪ੍ਰੋਗਰਾਮ ਅੱਛੀ ਤਰ੍ਹਾਂ ਸੈਲੀਬ੍ਰੇਟ ਕੀਤਾ, ਲੰਗਰ ਵਰਤਾਇਆ ਗਿਆ। ਅਤੇ ਅਸੀਂ ਇਹ ਪਲਾਨਸ ਲਾਉਣਾ ਚਾਹੁੰਦੇ ਹਾਂ ਸਕੂਲ ਤੋਂ ਬਾਅਦ, ਤਾਂ ਕਿ ਅਸੀਂ ਆਪਣੇ ਸਮਾਜ ਲਈ ਵੀ ਕੁਛ ਵਧੀਆ ਕਰੀਏ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਦਿਹਾੜੇ 'ਤੇ, ਅਤੇ ਕੁਛ ਫਾਇਦਾ ਹੋਵੇ ਉਹਨਾਂ ਨੂੰ। ਪੇੜ ਦਿਨੋਂ ਦਿਨ ਘੱਟਦੇ ਜਾ ਰਹੇ ਨੇ, ਤਾਂ ਇਹਦੇ ਲਈ ਅਸੀਂ ਉਹਨਾਂ ਦਾ ਵਧੀਆ ਕਰਨਾ ਚਾਹੁੰਦੇ। ਬੱਚੇ ਜਿਹੜੇ ਸਕੂਲ ਵਿੱਚ ਅੱਜ ਤੁਸੀਂ ਮਨਾ ਰਹੇ ਹੋ, ਇਹ ਤੁਸੀਂ ਸਕੂਲ ਵਿੱਚ ਹੀ ਮਨਾ ਰਹੇ ਹੋ ਕਿ ਆਪਣੀ ਫੈਮਿਲੀ ਦੇ ਨਾਲ ਸੈਲੀਬ੍ਰੇਟ ਕਰ ਰਹੇ ਹੋ ਇਸ ਚੀਜ਼ ਨੂੰ? हम ये स्कूल में मना रहे हैं और फैमिली के साथ भी मना रहे हैं। मुझे बहुत खुशी है कि हम प्लांट्स प्लान कर रहे हैं हम, और बस इसी के साथ प्लांट्स हमें पॉल्यूशन से बचाते हैं, इसलिए हम इसे सेलिब्रेट कर रहे हैं। ਜਿਵੇਂ ਕਿ ਤੁਸੀਂ ਦੇਖਿਆ ਕਿ ਬੱਚਿਆਂ 'ਚ ਕਾਫੀ ਉਤਸ਼ਾਹ ਹੈ, 550 ਜਿਹੜੇ ਬੱਚੇ ਆਪਣੇ ਹੱਥਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਕੋਈ ਫਰੂਟ ਦੇ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਹੈ ਬੂਟੇ ਲੈ ਕੇ ਲਾਉਣ ਦੀ ਤਿਆਰੀ 'ਚ ਹੁਣ। ਇਸ ਤੋਂ ਬਾਅਦ ਜਿਹੜਾ ਹੈ ਇਹ ਪ੍ਰੋਗਰਾਮ ਜਿਹੜਾ ਇਹਨਾਂ ਦੇ ਪ੍ਰਾਂਗਣ ਦੇ ਵਿੱਚ ਕੀਤਾ ਜਾਏਗਾ, ਇਹਨਾਂ ਦੇ ਮੈਦਾਨ ਦੇ ਵਿੱਚ ਕੀਤਾ ਜਾਏਗਾ ਸਕੂਲ ਦੇ, ਅਤੇ ਉੱਥੇ ਜਿਹੜਾ ਹੈ ਇਹ ਬੂਟੇ ਲਾਏ ਜਾਣਗੇ। ਅਤੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਿਹੜਾ ਪ੍ਰਕਾਸ਼ ਉਤਸਵ ਹੈ ਬੜੇ ਹੀ ਧੂਮਧਾਮ ਨਾਲ ਮਨਾਇਆ ਜਾਏਗਾ। ਰਾਜਪੁਰਾ ਤੋਂ ਕੈਮਰਾਮੈਨ ਲਲਿਤ ਕੁਮਾਰ ਦੇ ਨਾਲ ਮੀਡੀਆ ਪਰਸਨ ਸੰਦੀਪ ਚੌਧਰੀ, ਨਿਊਜ਼ 89। ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਅਸੀਂ ਅੱਜ ਆਪਣੇ ਸਕੂਲ 550 ਜਨਮਦਿਨ ਮਨਾ ਰਹੇ ਹਾਂ। ਇਸ ਵਿੱਚ ਸਾਰੇ ਸਟਾਫ, ਬੱਚੇ ਅਤੇ ਮੈਨੇਜਮੈਂਟ ਸਾਰੇ ਇਨਵੋਲਵ ਹੈ। ਸਕੂਲ ਦੇ ਵਿੱਚ ਬਹੁਤ ਖੁਸ਼ੀਆਂ ਭਰਿਆ ਮਾਹੌਲ ਹੈ ਔਰ ਲੰਗਰ ਦਾ ਵਰਤਾਅ ਹੋ ਰਿਹਾ। ਲੰਗਰ ਵੀ ਬੱਚੇ ਖੁਦ ਡਿਸਟ੍ਰੀਬਿਊਟ ਕਰ ਰਹੇ ਹੈ, ਖੁਦ ਹੀ ਸਾਰੀ ਕੁਝ ਸੇਵਾ ਕਰ ਰਹੇ ਹੈ। ਇਸ ਬਾਰੇ ਵੀ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਾਰੇ ਬੱਚੇ ਸਾਡੇ ਸਕੂਲ ਦੇ 550 ਬੂਟੇ ਆਪ ਲੈ ਕੇ ਆਏ ਹੈ, ਆਪਣੇ ਵੱਲੋਂ ਲੈ ਕੇ ਆਏ, ਪੇਰੈਂਟਸ ਦੀ ਮਦਦ ਨਾਲ ਲੈ ਕੇ ਆਏ। ਅਸੀਂ 550 ਬੂਟੇ ਜਿਹੜੇ ਹੈ ਅੱਜ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ 'ਤੇ ਸਕੂਲ ਦੇ ਆਲੇ ਦੁਆਲੇ ਸਾਰੇ ਲਵਾਵਾਂਗੇ ਔਰ ਇਹਨਾਂ ਦੀ ਪਰਵਰਿਸ਼ ਅਸੀਂ ਆਪ ਕਰਾਂਗੇ। ਅਸੀਂ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਹੈ ਕਿ ਕੋਈ ਟੋਫੀਆਂ ਵਗੈਰਾ ਲਗਾਉਣ ਦੀ ਬਜਾਏ ਤੁਸੀਂ ਇੱਕ ਪੌਦਾ ਲੈ ਕੇ ਆਓ, ਤਾਂ ਕਿ ਹਮੇਸ਼ਾ ਲਈ ਤੁਹਾਡੀ ਯਾਦਗਾਰ ਸਕੂਲ 'ਚ ਜੁੜੀ ਰਹੇ। ਹਰ ਬੱਚਾ ਪੌਦਾ ਲੈ ਕੇ ਆਉਂਦਾ ਔਰ ਉਹਦੇ ਹੱਥੋਂ ਲਵਾਇਆ ਜਾਂਦਾ, ਉਹਦੀ ਦੇਖ ਰੇਖ ਵੀ ਉਸੇ ਬੱਚੇ ਤੋਂ ਕਰਵਾਈ ਜਾਂਦੀ ਹੈ।
ਜਿਹੜੇ 550 ਸਾਲਾਂ ਦੇ ਉਹਦੇ 'ਤੇ ਲੱਗਣਗੇ ਇਹ ਪੌਦੇ, ਤਾਂ ਉਹਨਾਂ ਦੀ ਦੇਖਭਾਲ ਵੀ ਸਾਡੇ ਮਾਲੀ ਔਰ ਉਹ ਬੱਚੇ ਰਲ ਮਿਲ ਕੇ ਕਰਨ। राजपुरा से ब्यूरो रिपोर्ट, न्यूज 89। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਬਿਨੂ ਢਿੱਲੋਂ ਤੇ ਤੁਸੀਂ ਦੇਖ ਰਹੇ ਹੋ ਨਿਊਜ਼ 89। ਜੇ ਤੁਸੀਂ ਇਸ ਚੈਨਲ ਨੂੰ ਮਾਣਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਨਿਊਜ਼ 89। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਗੁਣ ਮਹਿਤਾ ਤੇ ਤੁਸੀਂ ਦੇਖ ਰਹੇ ਹੋ ਨਿਊਜ਼ 89 ਚੈਨਲ। ਦੁਨੀਆ ਭਰ ਕੀ ਤਾਜ਼ਾ ਅਪਡੇਟਸ ਕੇ ਲਿਏ ਨਿਊਜ਼ 89 ਚੈਨਲ ਕੋ ਅਭੀ ਸਬਸਕ੍ਰਾਈਬ ਕਰੇ ਔਰ ਕਲਿੱਕ ਕਰੇ ਬੈਲ ਆਇਕਨ ਪਰ। ਧੰਨਵਾਦ।